ਪੰਜਾਬ ਵਿੱਚ ਲੋਕ ਸਭਾ ਸਰਗਰਮੀਆਂ ਨੇ ਤੇਜ਼ੀ ਫੜੀ ਹੋਈ ਹੈ ਅਤੇ ਖਾਸ ਤੌਰ 'ਤੇ ਕਾਂਗਰਸ ਪਾਰਟੀ ਵਿੱਚ ਇੱਕ ਇੱਕ ਇਲਾਕੇ ਵਿੱਚੋਂ 5 ਤੋਂ ਲੈ ਕੇ 10-10 ਕੈਂਡੀਡੇਟਾਂ ਨੇ ਆਪਣੀ ਦਾਅਵੇਦਾਰੀ ਠੋਕੀ ਹੈ ਵੀ ਮੈਨੂੰ ਟਿਕਟ ਦਿਓ, ਮੈਂ ਸੀਟ ਕੱਢਾਂਗਾ। ਅੱਛੀ ਗੱਲ ਆ, ਡੈਮੋਕ੍ਰੇਸੀ ਦਾ ਮਤਲਬ ਇਹ ਹੀ ਹੁੰਦਾ ਹੈਗਾ, ਹਰ ਇੱਕ ਬੰਦੇ ਨੂੰ ਖੁੱਲ੍ਹ ਕੇ ਆਪਣੀ ਗੱਲ ਕਰਨ ਦਾ ਜਿਹੜਾ ਹੱਕ ਹੋਣਾ ਚਾਹੀਦਾ ਹੈਗਾ। ਇਹਨਾਂ ਸਾਰੇ ਵਿਸ਼ਿਆਂ 'ਤੇ ਡਿਟੇਲ ਵਿੱਚ ਗੱਲ ਕਰਾਂਗੇ। ਮੇਰੇ ਨਾਲ ਨੇ ਸ਼੍ਰੀ ਲੇਖਾ ਸ਼ਰਮਾ ਜੀ, ਜੋ ਕਿ ਵਾਈਸ ਚੇਅਰਮੈਨ ਨੇ ਲੇਬਰ ਸੈੱਲ ਪੰਜਾਬ ਕਾਂਗਰਸ। ਇਹਨਾਂ ਦੇ ਨਾਲ ਨੇ ਯੰਗ ਲੀਡਰ ਅਮਰੀਕ ਬਾਗੜੀ ਜੀ, ਜੋ ਕਿ ਸਟੇਟ ਲੈਵਲ ਦੇ ਲੀਡਰ ਹੈਗੇ ਸਾਡੇ ਪ੍ਰੋਗਰਾਮ ਵਿੱਚ। ਦੋਨਾਂ ਦਾ ਬਹੁਤ ਬਹੁਤ ਸਵਾਗਤ ਹੈ। ਲੇਖਰਾ ਜੀ, ਸਭ ਤੋਂ ਪਹਿਲਾਂ ਤੁਸੀਂ ਦੱਸੋ, ਲਗਭਗ ਹਰ ਇੱਕ ਕੰਸਟੀਚੁਐਂਸੀ 'ਚੋਂ ਕਾਂਗਰਸ ਵਿੱਚ, ਕਿਤੇ ਅੱਜ ਵੀ ਅਖਬਾਰ ਵਿੱਚ ਆ, ਕਿਤੇ 5 ਆ, ਕਿਤੇ 7 ਆ, ਕਿਤੇ 10 ਆ, ਇਹ ਕਾਂਗਰਸ ਦੀ ਪਾਪੂਲੈਰਿਟੀ ਆ ਜਾਂ ਕਿ ਡੈਮੋਕ੍ਰੇਸੀ ਦਾ ਜ਼ਿਆਦਾ ਇੱਕ ਚੜਾਅ ਹੈਗਾ? ਮੈਂ ਜਦ ਤੱਕ ਸਮਝਦਾ ਜੀ, ਇਹ ਸਾਡੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਜੀ ਦੀ ਬਦੌਲਤ ਜੀ ਔਰ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਪੰਜਾਬ ਦੀ ਵਰਕਿੰਗ ਜੋ ਹੈ, ਹਾਂਜੀ, ਉਸਦੇ ਕਾਰਨ ਜੋ ਲੋਕ ਨੇ, ਹਾਂਜੀ, ਉਹ ਵੱਧ ਤੋਂ ਵੱਧ ਇਲੈਕਸ਼ਨ ਜਿਹੜਾ ਹੈਗਾ ਕਾਂਗਰਸ ਟਿਕਟ ਦੇ ਉੱਪਰ ਲੜਨਾ ਚਾਹੁੰਦੇ ਨੇ। ਹਾਂਜੀ ਹਾਂਜੀ, ਔਰ ਇਹ ਬੜੀ ਖੁਸ਼ੀ ਦੀ ਗੱਲ ਹੈ। ਇਸ ਲੜਾਈ ਦੇ ਵਿੱਚ ਲੋਕ ਸਭਾ ਦੇ ਚੋਣਾਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਟਿਕਟਾਂ ਦੀ ਮੰਗ ਕੀਤੀ ਹੈ, ਜਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ, ਕਿਉਂਕਿ ਰਾਹੁਲ ਗਾਂਧੀ ਜੀ ਦੀ ਔਰ ਸੋਨੀਆ ਗਾਂਧੀ ਜੀ ਦੀ ਇਹ ਸੋਚ ਰਹੀ ਹੈ ਕਿ ਯੁਵਾ ਜਿਹੜੇ ਹੈਗੇ ਆ ਉਹ ਆ ਕੇ ਦੇਸ਼ ਦੀ ਬਾਗਡੋਰ ਨੂੰ ਸੰਭਾਲਣ, ਔਰ ਲੋਕ ਸਭਾ ਦੇ ਵਿੱਚ ਵੱਧ ਤੋਂ ਵੱਧ ਜਿੰਨੇ ਨੌਜਵਾਨ ਜਿਹੜੇ ਹੈਗੇ ਆ ਉਹ ਜਾਣਗੇ ਔਰ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕਰਨਗੇ। ਮੈਂ ਇਹ ਸਮਝ ਬਾਗੜੀ ਸਾਹਿਬ, ਤੁਸੀਂ ਨੌਜਵਾਨ ਹੋ ਅਤੇ ਤੁਹਾਡੇ 'ਚ ਤੁਸੀਂ ਪਹਿਲਾਂ BSP 'ਚ ਵੀ ਰਹੇ ਹੈਗੇ, ਬੜਾ ਤਜਰਬਾ ਤੁਹਾਨੂੰ ਪੋਲੀਟੀਕਲ, ਅਤੇ ਜਿਹੜੇ ਯੰਗ ਜਿਹੜੇ ਟਿਕਟ ਸੀਕਰਸ ਹੈਗੇ ਆ ਉਹ ਕਿਸ ਤਰ੍ਹਾਂ ਕਾਂਗਰਸ ਨੂੰ ਹੈਲਪ ਕਰ ਸਕਦੇ ਹੈਗੇ? ਭਾਰਤ ਸਾਹਿਬ, ਇਹ ਜਿਹੜਾ ਕਿ ਇਸ ਟਾਈਮ 80-85% ਜਿਹੜਾ ਆ ਦੇਸ਼ ਦੇ ਵਿੱਚ ਨੌਜਵਾਨ ਆ, ਹਾਂਜੀ ਹਾਂਜੀ, ਅਤੇ ਸ਼੍ਰੀ ਰਾਹੁਲ ਗਾਂਧੀ ਜੀ ਸਾਡੇ ਰਾਸ਼ਟਰੀ ਜਿਹੜੇ ਪ੍ਰਧਾਨ ਆ ਉਹ ਵੀ ਨੌਜਵਾਨ ਆ, ਉਹ ਸ਼੍ਰੀ ਰਾਹੁਲ ਗਾਂਧੀ ਜੀ ਵੀ ਨੌਜਵਾਨਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ। ਇਸ ਟਾਈਮ ਜਿਹੜਾ ਕੰਟਰੀ ਦਾ ਜਿਹੜਾ ਆ ਭਵਿੱਖ ਆ ਜਿਹੜਾ ਆ ਉਹ ਨੌਜਵਾਨਾਂ 'ਤੇ ਟਿਕਿਆ ਹੋਇਆ ਆ, ਕਿਉਂਕਿ ਨੌਜਵਾਨ ਹੀ ਇੱਕ ਸਮਾਜ ਔਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਆ, ਅਤੇ ਇਸ ਕਰਕੇ ਸ਼੍ਰੀ ਰਾਹੁਲ ਗਾਂਧੀ ਜੀ ਵੀ ਚਾਹੁੰਦੇ ਆ ਕਿ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ ਔਰ ਨੌਜਵਾਨ ਚਾਹੁੰਦੇ ਆ ਕਿ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ, ਅਤੇ ਇਸ ਕਰਕੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੋਚ ਇਹ ਆ ਕਿ ਨੌਜਵਾਨਾਂ ਨੂੰ ਟਿਕਟਾਂ ਦੇਈਏ ਔਰ ਪਾਰਲੀਮੈਂਟ ਲੜਾਈਏ ਅਤੇ ਪਾਰਲੀਮੈਂਟ ਜਾਣ, ਅਤੇ ਨੌਜਵਾਨਾਂ ਦੀ ਵੀ ਸੋਚ ਇਹ ਆ ਕਿ ਸਾਨੂੰ ਟਿਕਟਾਂ ਮਿਲਣ। ਇਸ ਕਰਕੇ ਵੱਧ ਤੋਂ ਵੱਧ ਜਿਹੜੇ ਆ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਨੌਜਵਾਨਾਂ ਨੇ ਟਿਕਟ ਅਪਲਾਈ ਕੀਤਾ ਹੋਇਆ, ਅਤੇ ਇਹ ਆ ਕਿ ਸਾਨੂੰ ਉਮੀਦ ਹੈ ਕਿ ਨੌਜਵਾਨਾਂ ਨੂੰ ਸ਼੍ਰੀ ਰਾਹੁਲ ਗਾਂਧੀ ਜੀ, ਸਾਡੇ ਚੇਅਰਪਰਸਨ ਜਿਹੜੇ ਮਿਸਿਸ ਸੋਨੀਆ ਗਾਂਧੀ ਜੀ, ਸਾਡੇ CM ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ, ਉਹ ਨੌਜਵਾਨਾਂ ਨੂੰ ਜ਼ਰੂਰ ਮੌਕਾ ਦੇਣਗੇ, ਕਿਉਂਕਿ ਇਸ ਟਾਈਮ ਜਿਹੜਾ ਨੌਜਵਾਨ ਜਿਹੜਾ ਆ ਉਹ ਚਾਹੁੰਦਾ ਆ ਕਿ ਕੋਈ ਨਵੀਂ ਟੈਕਨੋਲੋਜੀ ਲੈ ਕੇ ਆਈਏ, ਨਵਾਂ ਜਿਹੜਾ ਆ ਕੁਛ ਦੇਸ਼ ਦਾ ਸੁਨਹਿਰੀਆ ਬਣਾਈਏ, ਵਧੀਆ ਇੰਡਸਟਰੀ ਲੈ ਕੇ ਆਈਏ ਔਰ ਵਧੀਆ ਐਜੂਕੇਸ਼ਨ ਦਾ ਪ੍ਰਬੰਧ ਕਰੀਏ ਔਰ ਵਧੀਆ ਹੈਲਥ ਦਾ ਪ੍ਰਬੰਧ ਕਰੀਏ, ਕਿਉਂਕਿ ਹੌਸਪੀਟਲ ਵੀ ਜ਼ਰੂਰੀ ਹੈ ਔਰ ਐਜੂਕੇਸ਼ਨ ਵੀ ਜ਼ਰੂਰੀ ਹੈ ਔਰ ਇੰਡਸਟਰੀ ਵੀ ਜ਼ਰੂਰੀ ਹੈ, ਕਿਉਂਕਿ ਜਿਹੜੀਆਂ ਤਿੰਨੇ ਜਿਹੜੀਆਂ ਚੀਜ਼ਾਂ ਆ ਇਹ ਸਮਾਜ ਨੂੰ ਜਿਹੜੀ ਹੈ ਇਹ ਸਮਾਜ ਵਾਸਤੇ ਬਹੁਤ ਜ਼ਰੂਰੀ ਹੈ ਔਰ ਸਮਾਜ ਨੂੰ ਅੱਗੇ ਲਿਜਾਉਣ ਦੇ ਵਿੱਚ ਜਿਹੜਾ ਕਿ ਇਹ ਚੀਜ਼ਾਂ ਸਹਾਈ ਹੁੰਦੀਆਂ। ਚਲੋ, ਬਾਕੀ ਬਾਅਦ 'ਚ ਤੁਹਾਡੇ ਨਾਲ ਗੱਲ ਕਰਦੇ ਹਾਂ। ਸ਼ਰਮਾ ਜੀ, ਤੁਸੀਂ ਦੱਸੋ ਵੀ ਇਹ ਜਿਹੜੀ ਜਲੰਧਰ ਵਾਲੀ ਸੀਟ ਆ ਇਹ ਸਾਡੇ ਸੰਵਿਧਾਨ ਮੁਤਾਬਕ ਰਿਜ਼ਰਵ ਹੋਈ ਹੈ, SC ਕੈਂਡੀਡੇਟ ਨੂੰ ਮਿਲਣੀ ਹੈ, ਹਾਂਜੀ, ਅਤੇ ਤੁਸੀਂ ਕੀ ਫੀਲ ਕਰਦੇ ਹੋ? ਹਾਲਾਂਕਿ ਜਲੰਧਰ ਦੁਆਬਾ ਬੈਲਟ ਬਾਕੀ ਪੰਜਾਬ ਨਾਲੋਂ ਕਾਫੀ ਐਡਵਾਂਸਡ ਹੈ ਦਲਿਤਾਂ ਲਈ, ਖਾਸ ਤੌਰ 'ਤੇ ਪਿੰਡਾਂ ਵਿੱਚ। ਮੈਂ ਵੀ ਕਿਤੇ ਕਿਤੇ ਬਾਹਰ ਜਾਂਦਾ ਪ੍ਰੋਗਰਾਮ ਕਰਨ, ਮੈਂ ਬਹੁਤੀ ਪ੍ਰੋਗਰੈਸ ਨਹੀਂ ਮੈਂ ਦੇਖੀ ਹੈਗੀ ਕਈ ਸਾਲਾਂ ਤੋਂ। ਈਵਨ ਮੇਰਾ ਪਿੰਡ ਵੀ ਇੱਧਰ ਲੱਗ ਗਈ ਆ, ਆਦਮਪੁਰ ਦੇ ਲਾਗੇ ਡੋਲੀ ਖੁਰ 'ਚ। ਇਹ ਕਿਉਂ ਜਿਹੜੇ ਹੈਗੇ ਦਲਿਤ ਪਿਛੜੇ ਹੈਗੇ ਅਜੇ ਤਾਈਂ, ਉਹਨਾਂ ਕੋਲ ਉਹਨਾਂ ਦਾ ਇਕਨੋਮਿਕ ਪੱਧਰ ਬਹੁਤ ਥੱਲੇ ਦਾ ਹੈਗਾ, ਬਹੁਤਾ ਰੁਜ਼ਗਾਰ ਨਹੀਂ ਹੈਗੇ, ਕੋਈ ਸਮਰਿੱਧੀ ਨਹੀਂ ਘਰ ਵਿੱਚ ਹੈਗੀ, ਇਹਦੇ ਕੀ ਕਾਰਨ ਹੈਗੇ?
कारण गवर्नमेंट की पॉलिसी जिहड़ी आई है बहुत अच्छी आई है दलित परिवारों के लिए, लेकिन उसको लागू करन दे विच और उसके घर घर दे विच दलितों तक पहुंचाने दे विच अहम रोल जिहड़ा हैगा है वह कुछ सरकारां दा कुछ अफसरशाहियां दा भी रोल हुंदा है। अच्छा अच्छा हाँ जी, टाइम टू टाइम जिहड़ियां सरकारां हैगियां साडी कांग्रेस सरकार पिछली सरकार सेंटर दे विच सरदार मनमोहन सिंह जी दे रहनुमाई च रही है, इंदिरा गांधी जी दी रही है, राजीव गांधी जी साडे रहे है, दलितां दे लई उन्होंने बहुत भलाई स्कीमां कढ़ियां, लेकिन कुछ कमियां जिहड़ियां हैगियां तालमेल दी जिहड़ी हैगी है और लोक सभा मैंबरस और अफसर दे विच जिहड़ियां हैगियां वह कमियां लीडरां दे विच भी हैगियां और अफसरशाही दे विच भी हैगियां। इस करके अज तक जिहड़ा युग हैगा पढ़े लिखे नौजवानों का युग है कि जेड़े अपने ऑफिसर्स दे उपर जेड़ा कंट्रोल करके इन्हां नूं स्कीमां नूं लागू करवाया जावे सेंटर दीआं स्कीमां नूं। अपने इस दुआबे बेल्ट विच भी आ तुसीं लेबर सैल दे वाइस चेयरमैन हो पंजाब प्रदेश कांग्रेस कमेटी दे, इह लेबर सैल लई जेड़े लेबर करदे लोकी चाहे पिंडां विच होण शहरां विच होण उहनां लई किद्दां दी पॉलिसी ਤੁਸੀਂ ਬਣਾਉਂਦੇ ਆ, ਕੀ ਉਹਨਾਂ ਦਾ ਆਰਥਿਕ ਪੱਧਰ ਆ? ਪਾਲਿਸੀਜ਼ ਜਿਹੜੀਆਂ ਆਈਆਂ ਸੈਂਟਰ ਗਵਰਨਮੈਂਟ ਵੱਲੋਂ ਬਣਦੀਆਂ। ਹਾਂਜੀ, ਸੈਂਟਰ ਗਵਰਨਮੈਂਟ 'ਚ ਇਸ ਮੌਕੇ 'ਤੇ ਮੌਜੂਦਾ ਸਰਕਾਰ ਜਿਹੜੀ ਹੈਗੀ ਹੈ ਮੋਦੀ ਸਰਕਾਰ ਹੈ। ਹਾਂਜੀ ਹਾਂਜੀ, ਜਿਹੜੀ ਲੇਬਰ ਦੇ ਲਈ ਔਰ ਆਮ ਲੋਕਾਂ ਦੇ ਲਈ ਮਾੜੂ ਸਾਬਤ ਹੋਈ ਹੈ। ਅੱਛਾ ਜੀ, ਜਿਹੜੀਆਂ ਪਾਲਿਸੀਜ਼ ਬਣਾਈਆਂ ਹੈਗੀਆਂ ਇਹਨਾਂ ਨੇ ਆਪਣੇ ਜਿੱਥੇ ਯੂਪੀ ਸਰਕਾਰ ਹੈਗੀ ਹੈ ਇਹਨਾਂ ਦੀ ਗਵਰਨਮੈਂਟ ਦੀ ਬੀਜੇਪੀ ਦੀ ਸਰਕਾਰਾਂ ਆਈਆਂ ਉੱਥੇ ਇਹਨਾਂ ਨੇ ਭਲਾਈ ਸਕੀਮਾਂ ਲਾਗੂ ਕੀਤੀਆਂ, ਲੇਕਿਨ ਇਹ ਵਿਤਰਾ ਕੀਤਾ ਗਿਆ ਪੰਜਾਬ ਦੇ ਨਾਲ। ਮਤਲਬ ਜਿੱਥੇ ਨੌਨ ਬੀਜੇਪੀ ਸਰਕਾਰ, ਜਿੱਥੇ ਬੀਜੇਪੀ ਸਰਕਾਰ ਨਹੀਂ ਹੈ ਉੱਥੇ ਸਕੀਮਾਂ ਨੂੰ ਇਹਨਾਂ ਨੇ ਨਹੀਂ ਦਿੱਤਾ ਨਾ ਫੰਡ ਦਿੱਤਾ। ਹਾਂਜੀ ਹਾਂਜੀ, ਠੀਕ ਉਹਦੇ ਕਰਕੇ ਉਹ ਜਿਹੜਾ ਹੈਗਾ ਪਿਛੜਾ ਵਰਗ ਹੈ। ਬਾਗੜੀ ਸਾਹਿਬ ਇੱਧਰ ਆਓ ਜੀ, ਹੁਣ ਤੁਸੀਂ ਫਿਰ ਤੁਹਾਡੇ ਨਾਲ ਅਗਲੀ ਗੱਲਬਾਤ ਕਰੀਏ। ਭਾਈ ਤੁਸੀਂ ਨੌਜਵਾਨ ਲੀਡਰ ਹੋ ਅਤੇ ਤੁਸੀਂ ਪਹਿਲਾਂ BSP ਵਿੱਚ ਵੀ ਕਾਫੀ ਦੇਰ ਰਹੇ ਹੈਗੇ ਆ, ਮੈਨੂੰ ਤੁਹਾਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ, ਤੁਸੀਂ ਫਾਈਨਾਂਸ ਵੀ ਕਰਦੇ ਰਹੇ ਹੋ BSP ਦੀਆਂ ਸਰਗਰਮੀਆਂ ਲਈ, ਪਤਾ ਨਹੀਂ ਕਿੰਨੇ ਕੁ ਲੀਡਰ ਤੁਹਾਡੇ ਪੈਸੇ ਨਾਲ ਬਣ ਗਏ ਹੈਗੇ, ਆਪ ਤੁਸੀਂ ਫਿਰ ਪਿੱਛੇ ਰਹਿ ਗਏ ਹੈਗੇ, ਅਤੇ ਇਹ ਜਿਹੜਾ ਹੈਗਾ ਤੁਹਾਡਾ BSP ਨੂੰ ਛੱਡਣ ਦਾ ਕੀ ਕਾਰਨ ਸੀ? ਦੇਖੋ ਜੀ, ਮੈਂ BSP ਦੇ ਵਿੱਚ ਮੇਰੇ ਖਿਆਲ 20 ਸਾਲ ਕੀਤਾ ਕੰਮ, 20 ਤੋਂ 25 ਸਾਲ BSP ਦੇ ਵਿੱਚ ਮੈਂ ਕੰਮ ਕੀਤਾ। ਮੈਂ ਸਟੇਟ ਦਾ ਯੂਥ ਦਾ ਪ੍ਰਧਾਨ ਰਿਹਾ, ਜਨਰਲ ਸੈਕਟਰੀ ਪੰਜਾਬ ਰਿਹਾ, ਔਰ ਮੈਂ ਕੈਂਟ ਵਿਧਾਨ ਸਭਾ ਤੋਂ ਇਲੈਕਸ਼ਨ ਵੀ ਲੜੀ। ਅੱਛਾ ਅੱਛਾ ਅੱਛਾ, ਹਾਂਜੀ, ਕਿਹੜੀ ਸੀ? MLA ਦੀ ਕੈਂਪੀ? MLA ਦੀ ਮੈਂ ਕੈਂਟ ਵਿਧਾਨ ਸਭਾ ਤੋਂ ਇਲੈਕਸ਼ਨ ਲੜੀ, ਪਰ ਕੁਛ ਜਿਹੜੀਆਂ ਲੀਡਰਸ਼ਿਪ ਸਟੇਟ ਲੀਡਰਸ਼ਿਪ ਦੇ ਵਿੱਚ ਕਮੀਆਂ ਹੋਣ ਕਾਰਨ ਮੈਨੂੰ ਇਹ ਡਿਸੀਜਨ ਲੈਣਾ ਪਿਆ ਕਿ ਪਾਰਟੀ ਚੇਂਜ ਕਰਨੀ ਪਈ। ਅੱਛਾ, ਕਿਉਂਕਿ ਮੈਂ ਚਾਹੁੰਦਾ ਨਹੀਂ ਸੀ ਪਾਰਟੀ ਚੇਂਜ ਕਰਾਂ, ਪਰ ਕੁਛ ਮਜਬੂਰੀਆਂ ਕਾਰਨ ਮੈਨੂੰ ਪਾਰਟੀ ਚੇਂਜ ਕਰਨੀ ਪਈ, ਪਰ ਮੈਨੂੰ ਹੁਣ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਵੀ ਇਹੋ ਜਿਹਾ ਆਨੰਦ ਆ ਰਿਹਾ ਕਿ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਅਤੇ ਮੈਨੂੰ ਵਧੀਆ ਲੱਗ ਰਿਹਾ। ਇਹ ਆ ਕਿ ਜੇਕਰ ਤੁਹਾਡੇ ਕੋਲ ਪਾਵਰ ਨਹੀਂ ਹੈ ਤਾਂ ਤੁਸੀਂ ਲੋਕਾਂ ਦੀ ਸੇਵਾ ਵੀ ਨਹੀਂ ਕਰ ਸਕਦੇ। ਕਿਉਂਕਿ ਸਾਨੂੰ ਕਾਫੀ ਸਟਰਗਲ ਕਰਨਾ ਪਿਆ, 20 ਤੋਂ 25 ਸਾਲ ਅਸੀਂ ਲਗਾਤਾਰ ਦੌੜਦੇ ਰਹੇ ਔਰ ਅਸੀਂ ਸੱਤਾ ਪ੍ਰਾਪਤ ਨਹੀਂ ਕਰ ਸਕੇ, ਅਤੇ ਮੈਂ ਜਿਹੜੀ ਸਲਾਹ ਹਾਈਕਮਾਂਡ ਨੂੰ ਦਿੰਦਾ ਸੀਗਾ ਕਿ ਇਹ ਇਸ ਤਰ੍ਹਾਂ ਆਪਾਂ ਸੱਤਾ ਦੇ ਵਿੱਚ ਆ ਸਕਦੇ ਹਾਂ, ਉਹਨਾਂ ਨੂੰ ਇਗਨੋਰ ਕਰਦੇ ਸੀ। ਅਸੀਂ ਚਾਹੁੰਦੇ ਸੀਗੇ ਕਿਸੇ ਪਾਰਟੀ ਨਾਲ ਅਲਾਇੰਸ ਕਰਕੇ ਆਪਾਂ ਅੱਗੇ ਵਧੀਏ, ਪਰ ਉਹ ਅਲਾਇੰਸ ਹੋਇਆ ਨਹੀਂ ਜਾਂ ਕੀਤਾ ਨਹੀਂ ਇਹ ਪਾਰਟੀ ਨੂੰ ਪਤਾ, ਪਰ ਇਹ ਆ ਕਿ ਲੋਕ ਜਿਹੜੇ ਆ ਕਾਫੀ ਨਿਰਾਸ਼ ਹੋਏ, ਕਾਫੀ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਕਰ ਰਿਹਾ, ਕਿਉਂਕਿ ਜਿਹੜਾ ਵੀ ਸੰਘਰਸ਼ ਲੰਮਾ ਹੋ ਜਾਂਦਾ ਉਹਦੇ ਵਿੱਚ ਕਾਫੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਲੋਕ ਸਾਡੇ ਜਿਹੜੇ ਸਾਡਾ ਕੇਡਰ ਸੀਗਾ ਉਹ ਗਰੀਬ ਕੇਡਰ ਸੀ ਔਰ ਇੱਦਾਂ ਹੀ ਕੇਡਰ ਪਿੱਛੇ ਹਟਦਾ ਗਿਆ, ਔਰ ਇਸ ਕਰਕੇ ਮੈਨੂੰ ਕਾਂਗਰਸ ਪਾਰਟੀ ਜੁਆਇਨ ਕਰਨੀ ਪਈ, ਅਤੇ ਮੈਂ ਹੁਣ ਕਾਂਗਰਸ ਦੇ ਵਿੱਚ ਜਦੋਂ ਮੈਂ ਜੁਆਇਨ ਕੀਤੀ ਪਾਰਟੀ ਔਰ ਸਾਨੂੰ ਜਿਹੜੀ ਆ ਕੌਂਸਲਰ ਦੀ ਟਿਕਟ ਦਿੱਤੀ ਗਈ, ਮੇਰੇ ਮਿਸਿਜ਼ ਨੂੰ, ਤੁਹਾਡੀ ਵਾਈਫ ਇਸ ਵੇਲੇ ਮੌਜੂਦਾ ਕੌਂਸਲਰ ਵੀ ਕਾਂਗਰਸ? ਹਾਂਜੀ ਹਾਂਜੀ, ਕੌਂਸਲਰ ਦੀ ਟਿਕਟ ਦਿੱਤੀ ਗਈ ਔਰ ਲੋਕਾਂ ਨੇ ਕੌਂਸਲਰ ਜਿਤਾਇਆ ਔਰ ਹੁਣ ਲੋਕਾਂ ਦੀ ਸੇਵਾ ਕਰ ਰਹੇ ਹਾਂ, ਔਰ ਇਹ ਆ ਕਿ ਲੋਕ ਹੁਣ ਚਾਹੁੰਦੇ ਆ ਕਿ ਇਹ ਨੌਜਵਾਨ ਜਿਹੜੇ ਆਗੂ ਜਿੱਦਾਂ ਅਸੀਂ ਸੇਵਾ ਦੇ ਵਿੱਚ ਲੱਗੇ ਹੋਏ ਹਾਂ, ਲੋਕ ਚਾਹੁੰਦੇ ਆ ਕੋਈ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ, ਕੋਈ ਗਾਂ ਕੋਈ ਵੱਡੀ ਜਿਹੜੀ ਆ ਸੀਟ ਹੈ ਮਿਲਣੀ ਚਾਹੀਦੀ ਹੈ। ਇਹ ਜਦੋਂ ਦੀ ਤੁਹਾਡੀ ਵਾਈਫ ਬਗੜੀ ਸਾਹਿਬ ਕੌਂਸਲਰ ਬਣੀ ਆ, ਕੁਛ ਇਲਾਕੇ 'ਚ ਡਿਵੈਲਪਮੈਂਟ ਦੇ ਕੀ ਕੰਮ ਤੁਸੀਂ ਕੀਤੇ ਆ? ਡਿਵੈਲਪਮੈਂਟ ਦੇ ਜਿਹੜਾ ਸੀਵਰੇਜ ਹੈ ਨਹੀਂ ਸੀ ਸਾਡੇ ਏਰੀਏ, ਕਈ ਏਰੀਆ ਦੇ ਵਿੱਚ ਅਸੀਂ ਸੀਵਰੇਜ ਪਵਾਇਆ, ਸੜਕਾਂ ਬਣਾਈਆਂ, ਵਾਟਰ ਸਪਲਾਈ ਪਵਾਈ ਔਰ ਕਈ ਘਰਾਂ ਦੇ
ਇਹੋ ਜਿਹੇ ਮਾੜੇ ਹਾਲ ਸੀ, ਘਰਾਂ ਦੇ ਉੱਤੇ ਛੱਤ ਵੀ ਨਹੀਂ ਸੀ। ਛੱਤ ਵੀ ਨਹੀਂ ਸੀ, ਗਰੀਬ ਇਲਾਕੇ ਵਿੱਚ ਇੰਨੇ ਗਰੀਬ ਲੋਕ ਸੀਗੇ, ਔਰ ਸਰਕਾਰ ਵੱਲੋਂ ਤਾਂ ਚਲੋ ਕੋਈ ਹੈਲਪ ਨਹੀਂ ਮਿਲੀ। ਅਸੀਂ ਆਪਣੀ ਪੋਕਟ ਦੇ ਵਿੱਚੋਂ ਹੀ ਕਈਆਂ ਨੂੰ ਅਸੀਂ ਜਿਹੜੇ ਮਕਾਨਾਂ ਦੀਆਂ ਛੱਤਾਂ ਪਾ ਕੇ ਦਿੱਤੀਆਂ ਔਰ ਮਕਾਨ ਬਣਾ ਕੇ ਦਿੱਤੇ। ਬਹੁਤ ਅੱਛੀ ਗੱਲ, ਬਹੁਤ ਅੱਛੀ ਗੱਲ। ਔਰ ਕਿ ਸਾਡੇ ਏਰੀਏ ਦੇ ਵਿੱਚ ਸਕੂਲਾਂ ਦਾ ਇੰਨਾ ਮਾੜਾ ਹਾਲ ਸੀਗਾ ਕਿ ਸਕੂਲਾਂ ਦੀਆਂ ਛੱਤਾਂ ਜਿਹੜੀਆਂ ਲਿਫੀਆਂ ਹੋਈਆਂ ਸੀ ਜਿੱਥੇ ਬੱਚੇ ਪੜ੍ਹਦੇ ਸੀ, ਔਰ ਅਸੀਂ ਉਹ ਸਕੂਲ ਆਪਣੇ ਨਿੱਜੀ ਆਪਣੇ ਪੋਕਟ ਦੇ ਵਿੱਚੋਂ ਸਕੂਲ ਦੀ ਬਿਲਡਿੰਗ ਦਾ ਸੁਧਾਰ ਕੀਤਾ। ਔਰ ਦੋ ਤਿੰਨ ਸਕੂਲ ਆ ਸਾਡੇ, ਤਿੰਨਾਂ ਸਕੂਲਾਂ ਦੇ ਵਿੱਚ ਕਿ ਬਿਲਡਿੰਗ ਨੂੰ ਮੁਰੰਮਤ ਕਰਾਈ ਔਰ ਪੇਂਟ ਕਰਾਇਆ, ਅਤੇ ਕਈ ਜਿਹੜੇ ਆ ਇੱਕ ਹਾਈ ਸਕੂਲ ਆ ਉਹਦੀ ਸਕੂਲ ਦੀ ਛੱਤ ਲਿਫੀ ਹੋਈ ਸੀ, ਔਰ ਉਹਦੇ ਵਿੱਚ ਇੰਨਾ ਕੁ ਖਤਰਾ ਸੀਗਾ ਕਿ ਉੱਥੇ ਜਿੱਥੇ 150-200 ਬੱਚਾ ਜਿਹੜਾ ਉੱਥੇ ਬੈਠ ਕੇ ਪੜ੍ਹਦਾ ਹੁੰਦਾ ਸੀ, ਕੰਪਿਊਟਰ ਸੈਂਟਰ ਸੀ। ਅਸੀਂ ਉਹ ਜਿਹੜਾ ਹੈ ਕਿ ਉਹ ਉਸ ਕਮਰੇ ਨੂੰ ਸਹੀ ਕਰਾਇਆ ਔਰ ਉਹਦੀ ਛੱਤ ਚੇਂਜ ਕਰਾਈ ਔਰ ਇੱਕ ਉੱਤੇ ਕਮਰਾ ਬਣਾਇਆ। ਫਿਰ ਅਸੀਂ ਹੁਣ ਅਸੀਂ ਬੱਚਿਆਂ ਨੂੰ ਜਿਹੜੀ ਆ ਸਟੇਸ਼ਨਰੀ ਵੰਡੀ, ਔਰ ਮੇਰੇ ਮਿਸਿਜ ਨੇ 4-5 ਮਹੀਨਿਆਂ ਦੀ ਜਿਹੜੀ ਆ ਤਨਖਾਹ ਜਿਹੜੀ ਆ ਉਹ ਸਕੂਲ ਨੂੰ ਡੋਨੇਟ ਕੀਤੀ। ਬਹੁਤ ਅੱਛੀ ਗੱਲ। ਅਸੀਂ ਆਪਣੇ ਕੋਲੋਂ ਜਿਹੜਾ ਆ ਕਾਫੀ ਹੱਦ ਤੱਕ ਜਿਹੜਾ ਆ ਅਸੀਂ ਆਪਣੀ ਵਾਰਡ ਦੇ ਵਿੱਚ ਆਪਣੇ ਕੋਲੋਂ ਆਪਣੀ ਪੋਕਟ 'ਚੋਂ ਪੈਸੇ ਲਾਉਂਦੇ ਹਾਂ, ਔਰ ਹੁਣ ਪਿੱਛੇ ਜਿਹੇ ਅਸੀਂ ਸਟਰੀਟ ਲਾਈਟਾਂ ਜਿਹੜੀਆਂ ਆਪ ਖੁਦ ਖਰੀਦ ਕੇ ਜਿਹੜੀਆਂ ਕਿ ਆਪਣੀ ਵਾਰਡ ਦੇ ਵਿੱਚ ਬਣਨੀਆਂ। ਔਰ ਕਿਸੇ ਵੀ ਸਾਡੇ ਵਾਰਡ ਦੀ ਗੱਲ ਨਹੀਂ ਹੈ, ਸਾਡੇ ਸਮਾਜ ਦੀ ਗੱਲ ਆ ਔਰ ਸਾਡੇ ਸ਼ਹਿਰ ਦੀ ਗੱਲ ਆ। ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਉਸੇ ਟਾਈਮ ਹੀ ਉਹਦੀ ਜਿਹੜੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਸੋਲਵ ਕਰੀਦੀ ਹੈ, ਔਰ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਇਹਨੂੰ ਸਾਡੇ ਫੋਨ ਕਰਨ ਦੇ ਨਾਲ ਸਾਡੇ ਜਾਣ ਦੇ ਨਾਲ ਜੇਕਰ ਇਸ ਗਰੀਬ ਇਨਸਾਨ ਦਾ ਭਲਾ ਹੁੰਦਾ ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ। ਬਹੁਤ ਅੱਛੀ ਗੱਲ, ਬਹੁਤ ਅੱਛੀ ਗੱਲ। ਆਪਣੇ ਸ਼ਰਮਾ ਸਾਹਿਬ ਇੱਕ ਗੱਲ ਹੋਰ ਦੱਸੋ, ਆਹ ਹੁਣ ਇਲੈਕਸ਼ਨ ਥੋੜ੍ਹੀ ਦੇਰ ਬਾਅਦ ਹੋਣੀਆਂ ਹੈਗੀਆਂ, ਤੁਹਾਨੂੰ ਪਤਾ ਪੈਸਾ ਵੀ ਚੱਲਦਾ ਹੈਗਾ ਅਤੇ ਦਾਰੂ ਸਿੱਕਾ ਵੀ ਚੱਲਦਾ ਹੈਗਾ, ਇਹ ਸਾਡੇ ਕਈ ਵਾਰੀ ਵੋਟਰ ਵਿਚਾਰੇ ਗਲਤ ਚੱਕਰ ਵਿੱਚ ਪੈ ਕੇ ਉਹ ਫਿਰ ਕਈ ਵਾਰੀ ਗਲਤ ਸਰਕਾਰ ਚੋਣ ਲੈਂਦੇ, ਇਹਨਾਂ ਨੂੰ ਕੋਈ ਐਜੂਕੇਟ ਕਰੋ ਇਹ ਵੀ ਦਾਰੂ ਸਿੱਕੇ ਦੇ ਚੱਕਰ 'ਚ। ਮੈਂ ਸਾਰੇ ਵੀਰਾਂ ਨੂੰ ਇਸ ਗੱਲ ਨਾਲ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਹਾਂਜੀ ਇਹ ਕਹਿਣਾ ਚਾਹੁੰਦਾ, ਕਾਂਗਰਸ ਪਾਰਟੀ ਦਾ ਕਲਚਰ ਨਹੀਂ ਹੈ ਸ਼ਰਾਬ ਔਰ ਪੈਸੇ ਨਾਲ ਵੋਟ ਖਰੀਦਣ ਦਾ। ਕਾਂਗਰਸ ਹਮੇਸ਼ਾ ਲੋਕਾਂ ਦੀ ਸਿੰਪਤੀ ਦੇ ਨਾਲ ਚੁਣੀ ਜਾਂਦੀ ਹੈ, ਉਹਨਾਂ ਦੇ ਵਿਚਾਰ ਜਿਹੜੀ ਪਾਰਟੀ ਦੇ ਵਿਚਾਰ ਹੈ ਲੋਕ ਉਹਨਾਂ ਦੇ ਵਿਚਾਰ ਪਾਰਟੀ ਦੇ ਵਿਚਾਰਾਂ ਨੂੰ ਸਮਝ ਕੇ ਔਰ ਉਸ ਦੇ ਨਾਲ ਸਹਿਮਤੀ ਜਿਤਾ ਕੇ ਕਾਂਗਰਸ ਨੂੰ ਵੋਟ ਪਾ ਕੇ ਜਿਤਾਉਂਦੇ ਹੈ। ਸ਼ਰਾਬ ਔਰ ਪੈਸਾ ਇਹ ਕੋਈ ਸੋਲੂਸ਼ਨ ਨਹੀਂ ਹੈ ਵੋਟਾਂ ਲੈਣ ਦਾ। ਚਲੋ ਅਖੀਰ ਵਿੱਚ ਤੁਸੀਂ ਆਪਣੇ ਪਾਰਟੀ ਹਾਈ ਕਮਾਨ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਆਪਣਾ ਰਿਕੁਐਸਟ ਕਰੋ ਵੀ ਜਿਹੜੇ ਯੰਗ ਕੈਂਡੀਡੇਟ ਉਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਪੰਜਾਬ ਵਿੱਚ ਕੰਸੀਡਰ ਕਰਨ ਇਸ ਵਾਰੀ। ਮਹਾਰਾਜਾ ਸਾਹਿਬ ਦੀ ਇਹੀ ਸੋਚ ਹੈ, ਰਾਹੁਲ ਗਾਂਧੀ ਜੀ ਦੀ ਇਹੀ ਸੋਚ ਹੈ, ਪ੍ਰਿਯੰਕਾ ਗਾਂਧੀ ਜੀ, ਸੋਨੀਆ ਗਾਂਧੀ ਜੀ, ਸਾਡੇ ਸਾਰੀ ਪਾਰਟੀ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਸਭ ਦੀ ਸੋਚ ਇਹੀ ਹੈ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਲੜਾਇਆ ਜਾਵੇ, ਔਰ ਜਿਹੜੇ ਸੀਨੀਅਰ ਸਾਡੇ ਕਾਂਗਰਸੀ ਹੈਗੇ ਹੈ ਉਹਨਾਂ ਦੇ ਨੂੰ ਗਾਈਡਲਾਈਨ ਉਹਨਾਂ ਦੀ ਗਾਈਡਲਾਈਨ ਦੇ ਉੱਪਰ ਚੱਲਿਆ ਜਾਵੇ। ਬਹੁਤ ਅੱਛੀ ਗੱਲ। ਔਰ ਅਸੀਂ ਇਹ ਬੇਨਤੀ ਕਰਾਂਗੇ ਹਾਈਕਮਾਨ ਨੂੰ ਕਿ ਜਿੰਨੇ ਵੀ ਸੀਨੀਅਰ ਸਾਡੇ ਕਾਂਗਰਸ ਦੇ ਹੈਗੇ ਇੱਕ ਗਰੁੱਪ ਬਣਾ ਕੇ ਉਹਨਾਂ ਨੂੰ ਜਿਹੜੇ ਯੰਗ ਸਾਡੇ ਲੀਡਰ ਹੈਗੇ ਹੈ ਉਹਨਾਂ ਨੂੰ ਐਜੂਕੇਟ ਕਰਨ। ਬਗੜੀ ਸਾਹਿਬ ਜਦੋਂ ਵੀ ਜਿਹੜਾ ਹੈਗਾ ਜਿਵੇਂ ਰਵਨੀਤ ਬਿੱਟੂ ਨੂੰ ਟਿਕਟ ਦਿੱਤੀ ਸੀ ਉਹ ਵੀ ਯੰਗ ਸੀ, ਹੋਰ ਵੀ ਇੱਕ ਦੋ ਲੀਡਰਾਂ ਨੂੰ ਪੰਜਾਬ ਵਿੱਚੋਂ ਕਾਮਯਾਬ ਹੋਏ ਸੀ, ਚਾਹੇ ਉਹ ਸੀਨੀਅਰਸ ਨੇ ਉਸ ਵੇਲੇ ਇਤਰਾਜ਼ ਵੀ ਜਿਹੜਾ ਹੈਗਾ ਕੀਤਾ ਸੀ, ਅਤੇ ਜੇ ਤੁਹਾਡੇ ਵਰਗੇ ਸੱਜਣ ਨੂੰ ਜੇ ਤੁਹਾਨੂੰ ਇੱਥੋਂ ਕੋਈ ਇੱਦਾਂ ਟਿਕਟ ਮਿਲਦੀ ਹੈਗੀ ਤਾਂ ਫਿਰ ਕੀ ਤੁਹਾਡਾ ਰਿਐਕਸ਼ਨ ਹੋਏਗਾ? ਦੇਖੋ ਜੀ ਭਾਰਤ ਸਾਹਿਬ ਇਹ ਤਾਂ ਹਾਈ ਕਮਾਂਡ 'ਤੇ ਹੈ, ਜਿਹਨੂੰ ਟਿਕਟ ਦਊਗੀ ਉਹਦਾ ਸਨਮਾਨ ਕਰਾਂਗੇ, ਜੇ ਹਾਈ ਕਮਾਂਡ ਮੈਨੂੰ ਟਿਕਟ ਦਊਗੀ ਤਾਂ ਲੋਕ ਮੇਰਾ ਸਨਮਾਨ ਕਰਨਗੇ, ਮੇਰੇ ਨਾਲ ਚੱਲਣਗੇ। ਇਹ ਆ ਕਿ ਲੋਕਾਂ ਦੀ ਆਵਾਜ਼ ਹੈ ਕਿ ਨੌਜਵਾਨਾਂ ਨੂੰ ਟਿਕਟਾਂ ਮਿਲਣੀਆਂ ਚਾਹੀਦੀਆਂ, ਔਰ ਲੋਕਾਂ ਦੀ ਆਵਾਜ਼ ਕਰਕੇ ਇਹ ਆ ਕਿ ਹਾਈ ਕਮਾਂਡ ਵੀ ਚਿੰਤਤ ਹੈ ਕਿ ਨੌਜਵਾਨਾਂ ਨੂੰ ਟਿਕਟਾਂ ਦਈਏ। ਇਹ ਹੈ ਕਿ ਨੌਜਵਾਨ ਹੀ ਜਿਹੜਾ ਆ ਦੇਸ਼ ਦਾ ਭਵਿੱਖ ਹੈ, ਔਰ ਪਾਰਟੀ ਵੀ ਚਾਹੁੰਦੀ ਹੈ ਕਿ ਨੌਜਵਾਨਾਂ ਨੂੰ ਟਿਕਟਾਂ ਦਈਏ, ਔਰ ਜਿਹੜੇ ਲੋਕਾਂ ਨੇ ਪਹਿਲਾਂ ਪਾਰਲੀਮੈਂਟ ਮੈਂਬਰ ਬਣੇ ਆ, MLA ਬਣੇ ਆ, ਔਰ ਜਿਹੜੇ ਹੁਣ ਮੰਨ ਲਓ ਕਿ ਇਸ ਟਾਈਮ ਸੀਟ ਦੀ ਡਿਮਾਂਡ ਤਾਂ ਕਰਦੇ ਆ,
ਔਰ ਸੀਟ ਦੀ ਡਿਮਾਂਡ ਤਾਂ ਕਰਦੇ ਆ, ਪਰ ਲੋਕ ਚਾਹੁੰਦੇ ਆ ਕਿ ਇਹਨਾਂ ਨੂੰ ਸਨੋਰਟੀ ਵਾਈਜ਼ ਕਿਤੇ ਉੱਪਰ ਐਡਜਸਟ ਕਰ ਦਿੱਤਾ ਜਾਵੇ ਕਿ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇ, ਇਸ ਕਰਕੇ ਗੱਲ ਪਾਰਟੀ ਉਹਨੇ ਸੀਨੀਅਰ ਲੀਡਰ ਨੂੰ ਵੀ ਕਿਤੇ ਨਾ ਕਿਤੇ ਐਡਜਸਟ ਕਰਨਾ ਹੀ ਹੁੰਦਾ, ਇਸ ਕਰਕੇ ਲੋਕਾਂ ਦੀ ਆਵਾਜ਼ ਨੂੰ ਸਮਝਣਾ ਚਾਹੀਦਾ। ਔਰ ਸਾਡੀ ਹਾਈ ਕਮਾਂਡ ਜਿਹੜੀ ਹੈ ਸ਼੍ਰੀ ਰਾਹੁਲ ਗਾਂਧੀ ਜੀ, ਸਾਡੇ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਜੀ, ਸਾਡੇ ਨਵ ਨਿਯੁਕਤ ਨੈਸ਼ਨਲ ਜਨਰਲ ਸੈਕਟਰੀ ਸ਼੍ਰੀਮਤੀ ਪ੍ਰਿੰਕਾ ਗਾਂਧੀ ਜੀ, ਔਰ ਸਾਡੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ, ਉਹ ਲੋਕਾਂ ਦੀ ਜਿਹੜੀ ਹੈ ਨਬਜ਼ ਨੂੰ ਸਮਝਦੇ ਆ। ਔਰ ਐਤਕੀ ਮਨ ਬਣਾਇਆ ਹੋਇਆ ਆ ਕਿ ਵੱਧ ਤੋਂ ਵੱਧ ਜਿਹੜੀਆਂ ਨੌਜਵਾਨਾਂ ਨੂੰ ਟਿਕਟਾਂ ਦੇਈਏ, ਜਿਸ ਤਰ੍ਹਾਂ ਪਹਿਲਾਂ ਸ਼੍ਰੀ ਅਮਨੀਤ ਬਿੱਟੂ ਜੀ ਨੂੰ ਲੁਧਿਆਣੇ ਤੋਂ ਟਿਕਟ ਦਿੱਤੀ, ਉਹ ਵੀ ਨੌਜਵਾਨ ਹੈ। ਔਰ ਜਿਸ ਤਰ੍ਹਾਂ ਸਾਡੇ ਨੈਸ਼ਨਲ ਯੂਥ ਪ੍ਰੈਜੀਡੈਂਟ ਰਾਜਾ ਬੜਿੰਗ ਜੀ, ਉਹ ਵੀ ਨੌਜਵਾਨ, ਔਰ ਜਿਨ੍ਹਾਂ ਵੀ ਜਿੰਨੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਉਹ ਸਾਰੇ ਕਾਮਯਾਬ ਹੋਏ, ਔਰ ਉਹਨਾਂ ਨੇ ਆਪੋ ਆਪਣੇ ਏਰੀਏ ਦੇ ਵਿੱਚ ਕੰਮ ਵੀ ਕੀਤਾ ਬੇਸ਼ੱਕ, ਕਿਉਂਕਿ ਨੌਜਵਾਨ ਦੇ ਵਿੱਚ ਸਪਿਰਿਟ ਹੁੰਦੀ ਹੈ ਕਿ ਵੱਧ ਦੌੜਨ ਦੀ, ਵੱਧ ਕੰਮ ਕਰਨ ਦੀ। ਇਸ ਕਰਕੇ ਲੋਕ ਵੀ ਚਾਹੁੰਦੇ ਹੈ, ਹਾਈ ਕਮਾਂਡ ਵੀ ਚਾਹੁੰਦੀ ਹੈ, ਅਤੇ ਹੋ ਸਕਦਾ ਕਿ ਇਹ ਨੌਜਵਾਨ ਨੂੰ ਮੌਕਾ ਦੇਣ। ਉਹਦੇ ਵਿੱਚ ਮੈਂ ਅਸੀਂ ਵੀ ਟਿਕਟ ਅਪਲਾਈ ਕੀਤੀ ਹੈ, ਹੋ ਸਕਦਾ ਕਿ ਜੋ ਪਾਰਟੀ ਕੰਸਿਡਰ ਕਰੇ ਅਸੀਂ ਉਹਦੇ ਨਾਲ। ਬਹੁਤ ਅੱਛੀ ਗੱਲ ਬਗੜੀ ਸਾਹਿਬ ਨੇ ਦਰਸ਼ਕੋ ਕਹੀ ਹੈਗੀ ਆ ਵੀ ਜੇ ਇਸ ਤਰ੍ਹਾਂ ਹੀ ਨੌਜਵਾਨਾਂ ਨੂੰ ਪਾਰਟੀ ਵਿੱਚ ਸੇਵਾ ਕਰਨ ਦਾ ਮੌਕਾ ਮਿਲੇਗਾ, ਉਹਦੇ ਨਾਲ ਇੱਕ ਉਤਸ਼ਾਹ ਬਹੁਤ ਹੁੰਦਾ ਨੌਜਵਾਨਾਂ ਵਿੱਚ, ਇੱਕ ਜਿਹੜੇ ਵਰਕਰ ਵੀ ਉਹ ਨੌਜਵਾਨਾਂ ਨਾਲ ਬੜੇ ਜ਼ਿਆਦਾ ਜੁੜਦੇ ਹੈਗੇ ਆ, ਅਤੇ ਡਿਵੈਲਪਮੈਂਟ ਦਾ ਕੰਮ ਵੀ ਵਧੀਆ ਹੁੰਦਾ ਹੈਗਾ। ਇਸ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹੋ, ਅਸੀਂ ਅਗਾਂਹ ਵੀ ਹੋਰ ਲੀਡਰਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ।